ਅਲੈਕਮ ਜੀ ਅਸਲਾਤ ਵਸਲਾਮ ਅਲੈਕਾ ਯਾ سیدੀ ਅਰ ਰਸੂਲੱਲਾਹ ਵਾ ਅਲਿਕਾ ਸਾਹਿਬ ਕਿਆ ਯਾ سیدੀ ਅ ਹਬੀਬਲਾ ਪਿਓਰ ਸਖੀ ਪੱਟੀ ਸਾਹਿਬ ਦੇ ਘਰ ਦੀ ਸਰ 9 10 ਪਰ ਦੀ ਪੱਠੀ ਇਹ ਜਿਹੜੇ ਦੋਸਤ ਕਹਿੰਦੇ ਸੀਗੇ ਸਾਕੀ ਭਾਈ ਜੋੜਿਆਂ ਲਈ ਮਾਦੀਆਂ ਚਾਹੀਦੀਆਂ ਵਾ ਵੀਰ ਜੀ ਦੇਖੋ ਮੈਂ ਲਿਆਂਦੇ ਆ ਟੈਡੀ ਠੀਕ ਆ ਭਾਈ ਜਾਨ ਇਹ ਚੈੱਕ ਕਰੋ ਤੁਸੀਂ ਪਹਿਲੇ ਇਹਦੀ ਅੱਖ ਸੰਧੂਰੀ ਪਲਗ ਮਾਸ਼ਾਅੱਲਾ ਇਹਦੀ ਇਹ ਇਹ ਚੈੱਕ ਕਰੋ ਇਹ ਲਾਲ ਪਲਗ ਨਜ਼ਰ ਆਦੀ ਉਹ ਅੱਖ ਦਾ ਰਿੰਗ ਵੀ ਚੈੱਕ ਕਰੋ ਉਹ ਭਾਜੀ ਇਹ 10 10 ਹਜ਼ਾਰ ਦੀ 15 15 ਹਜ਼ਾਰ ਦੀ ਮਾਦੀ ਆ ਕੱਲੀ ਇਹ ਜਿਹੜੀ ਤੇ ਜਿੰਨੇ ਜੇ ਮੈਂ ਤੁਹਾਨੂੰ ਇਹ ਕਬੂਤਰਾ ਚੈੱਕ ਕਰੋ ਰਿੰਗ ਹੁਣ ਆਪਣੀ ਇਮਾਨਦਾਰੀ ਨਾਲ ਦੇਖਣਾ ਤੁਸੀਂ ਜ਼ਮੀਨ ਦੇਖੋ ਸਰ ਇਹਦੀ ਜ਼ਮੀਨ ਗਹਿਰੀ ਨੀਲੀ ਹੋਣੀ ਥੱਲਿਓਂ ਚੈੱਕ ਕਰਿਓ ਉਹ ਟੈਡੀ ਜਿਹੜੇ ਅੱਜ ਤੋਂ ਕਈ ਸਾਲ ਪਹਿਲੇ ਲੋਕਾਂ ਨੇ ਦਬਈ ਭੇਜ ਦਿੱਤੀ ਸੀਗੇ ਤਾਂ ਅਗਲੇ ਨੇ ਮਾਲ ਲੈ ਲਿਆ ਸੀ ਉਹ ਟੈਡੀ ਆ ਉਸ ਬੰਦੇ ਨੇ ਬਹੁਤ ਮਿਹਨਤ ਨਾਲ ਸੈਟਅਪ ਬਣਾਇਆ ਤੇ ਬੜਾ ਮਹਿੰਗਾ ਸੈਟਅਪ ਬਣਾਇਆ ਜੇ ਕੋ ਮੈਂ ਲੈ ਕੇ ਆਇਆ ਹਾਂ ਠੀਕ ਆ ਭਾਜੀ ਅੱਖ ਚੈੱਕ ਕਰੋ ਇਹ ਇਹ ਮਾਦੀ ਦੇਖਿਓ ਤੁਸੀਂ ਇਹ ਇਹ ਚੈੱਕ ਕਰੋ ਜ਼ਰਾ ਇਹ ਆਖਰੀ ਪਾਰ ਦੀ ਪੱਟੀ ਆ ਜੀ ਆ ਤਾਂ ਗੱਲ ਐਸ ਕਰਨ ਲਈ ਆ ਕਰੀਜ਼ ਪਈ ਆ ਨਾਲ ਠੀਕ ਆ ਜੀ ਮਾਦੀ ਨੰਬਰ 1 ਇਹ ਟੋਟਲ 15 ਪੱਟੀਆਂ ਪੱਠੇ ਮੈਂ ਦੇਣੇ ਆ ਜਿਹੜੇ ਦੋਸਤ ਨੂੰ ਚਾਹੀਦੇ ਹੋਏ ਬੱਚੇ 15 ਪੱਟੀਆਂ ਪੱਠੇ ਇਹ ਜਾਮ ਨੂੰ ਰੰਗ ਲਾ ਦਿੱਤਾ ਆਪਾਂ ਨੰਬਰ 1 ਹੋ ਗਿਆ ਜੀ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਪਸੰਦ ਆਵੇ ਸਾਰ ਲੈ ਸਕਦਾ ਦੋਸਤ ਠੀਕ ਆ ਜੀ ਹਾਂਜੀ ਇਹ ਦੇਖੋ ਭਾਜੀ ਪੱਟੀ ਨੰਬਰ 2 ਦੇਖੋ ਮੋਹਰੇ ਇਹਨਾਂ ਦੇ ਇਹ ਆ ਚੈੱਕ ਕਰੋ ਜ਼ਰਾ ਇਹ ਆ ਦੇਖੋ ਜ਼ਰਾ ਇਹ ਦੇਖੋ ਸੀਮਟ ਅੱਖਾਂ ਦੀ ਜਿਹੜੀ ਤੁਹਾਨੂੰ ਗੱਲ ਕਰਦੇ ਆ ਇਹ ਪੱਟੀ ਦੱਸੋ ਮੈਨੂੰ ਇਦਾਂ ਦੇ ਟੈਡੀ ਕੋ ਦਿੰਦਾ ਭਾਜੀ ਸਿੰਗਲ ਪਲਗ ਨੀਲੀ ਅੱਖ ਠੀਕ ਆ ਜੀ ਭਾਜੀ ਔਰ ਬਲੀਵ ਕਰੋ ਐਲੋ ਹੋ ਸਕਦਾ ਮੇਰੀ ਇਹਨਾਂ ਦੇ ਵਿੱਚ ਕੀਮਤ ਵੀ ਨਾ ਪੂਰੀ ਹੋਵੇ ਜਿੰਨੀ ਸਸਤੇ ਮੈਂ ਚੀਜ਼ਾਂ ਦੇਂਦਿਆਂ ਇਹ ਨੰਬਰ 2 ਇਦਾਂ ਦੇ ਟੈਡੀ ਜਾਂ ਕਿਸੇ ਕੋਲ ਹੋਏ ਤਾਂ ਦਿਖਾਓ ਮੰਨੋ ਭਾਈ ਜਾਨੇ ਬੜੇ ਅੰਟੀਕ ਕਿਸਮ ਦੇ ਟੈਡੀ ਆ ਵੀਰ ਜੀ ਇਹ ਪੱਠੀ ਨੰਬਰ 2 ਠੀਕ ਆ ਭਾਜੀ ਇਹ ਚੈੱਕ ਕਰੋ ਜਰਾ ਇਹ ਐਲੋ ਇਹ ਵੀ ਆਖਰੀ ਸੱਤ ਅੱਠ ਪਰਦੀ ਆ ਜੀ ਇਹਨੂੰ ਵੀ ਆਪਾਂ ਲਾ ਦਿੱਤਾ ਜਾਮ ਰੰਗ ਇਹ ਦੇਖਿਓ ਇਹ ਐਲੋ ਐਲੋ ਜੀ ਪੱਠੀ ਨੰਬਰ 2 ਹੋ ਗਈ ਭਾਜੀ ਤੇ ਇਹ ਲਓ ਜੀ ਅਗਲੀ ਵੀ ਚੈੱਕ ਕਰੋ ਜਰਾ ਦੇਖੋ ਮਾਸ਼ਾਅੱਲਾ ਨੀਲੀਆਂ ਅੱਖਾਂ ਵਾਲੀ ਐ ਤੇ ਇਹ ਅਗਲੀ ਪੱਠੀ ਵੀ ਚੈੱਕ ਕਰੋ ਠੀਕ ਹੈ ਜੀ ਭਾਈ ਜਾਨ ਚੈੱਕ ਕਰੋ ਤੁਸੀਂ ਆ ਜਿਹੜੇ ਦੋਸਤ ਕਹਿੰਦੇ ਸੀ ਨਾ ਮੈਨੂੰ ਦਈ ਇਹ ਉਹਨਾਂ ਲਈ ਚੀਜ਼ਾਂ ਆ ਜੀ 10 10 15 15 20 ਕਰਕੇ ਸਰ ਚੈੱਕ ਕਰੋ ਹਰ نسل ਡਿਫਰੈਂਟ ਤੁਹਾਨੂੰ ਨਜ਼ਰ ਆਏਗੀ ਇਨਸ਼ਾਅੱਲਾ ਔਰ ਪਲਕਾਂ ਦੇਖੋ ਤੁਸੀਂ ਇਹਨਾਂ ਦੀਆਂ ਸਿੰਗਲ ਪਲਕਾਂ ਦੰਦੇ ਵਾਲੀਆਂ ਭਾਵਾਂ ਡਾਓ ਤੇ ਭਾਵਾਂ ਜੋੜੇ ਲਾਓ ਸਰ ਇਹ ਐ ਲੋ ਸਰ ਇਹ ਵੀ 9 ਪਰ ਦੀ ਪੱਠੀ ਸਰ ਮਾਸ਼ਾਅੱਲਾ ਪੂਰੀ ਲੈਂਥੀਆਂ ਵਾਲੀ ਪੱਲੇ ਆ ਚੈੱਕ ਕਰੋ ਪਰਾਂ ਦੇ ਥੱਲੇ ਪਰ ਵੜਦੇ ਆ ਚੈੱਕ ਕਰੋ ਠੀਕ ਆ ਵੀਰ ਜੀ ਇਹ ਦੋਮਾ ਪਰ ਕਢਣ ਦੀਆਂ ਤਾਂ ਇਹ ਕੜੀ ਵੀ ਉਹਨਾਂ ਨੇ ਪਾਈ ਖਾਸ ਕਬੂਤਰੀ ਸਗੀ ਬਹੁਤੀ ਮੈਨੂੰ ਕਹਿੰਦਾ ਤੂੰ ਰੱਖ ਲਈ ਉਹ ਇੱਕ ਦੋ ਨੂੰ ਕੜੀਆਂ ਪਾਈਆਂ ਸੀ ਮੈਂ ਕਹਿੰਦਾ ਯਾਰ ਮੈਂ ਰੱਖ ਕੰਨਾ ਦੋਸਤਾਂ ਨੂੰ ਦਿਓ ਰਾਜ਼ੀ ਕਰੋ ਦੋਸਤਾਂ ਨੂੰ ਇਨਸ਼ਾਅੱਲਾ ਇਹ ਚੈੱਕ ਕਰੋ ਸਰ ਆ ਜਿਹੜੇ ਦੋਸਤਾਂ ਨੂੰ ਜੋੜਿਆਂ ਲਈ ਮਾਦੀਆਂ ਘੱਟ ਸੀ ਆਉਣ ਵਾਲੀ ਸਰ ਗੇਮ ਆ ਦੇਖੋ ਇਹ ਬੱਚਿਆਂ ਦੀਆਂ ਅੱਖਾਂ ਵੀ ਚੈੱਕ ਕਰੋ ਜ਼ਰਾ ਪਿਓਰ ਪਿਓਰ ਸਾਰੇ ਜਿਹੜਾ 5-5 ਹਜ਼ਾਰ ਦਾ ਲੱਭਦਾ ਤੁਹਾਨੂੰ ਇਨਸ਼ਾਅੱਲਾ ਦੇਖਿਓ 15-15 ਹਜ਼ਾਰ 12-1200 11-1100 ਤੇ ਲੱਭਣੀਆਂ ਚੀਜ਼ਾਂ ਸਾਕੀ ਭਾਈ ਕੋਲੋਂ ਹਾਂਜੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਉੱਥੇ ਐਵੇਂ ਇੰਨੀਆਂ ਕੁੱਟਾਂ ਖਾਂ ਦੀ ਲੋਕਾਂ ਕੋਲ ਆ ਇੰਨਾ ਪੈਸਾ ਬਰਬਾਦ ਕਰਨ ਦੀ 사કી بھائی ਨਾ ਕਰੋ ਰਾਬਤੇ ਚੈੱਕ ਕਰੋ ਜ਼ਰਾ ਹੋਰ ਇੱਕ ਬੱਚਾ ਚੈੱਕ ਕਰੋ ਸਰ ਸੰਧੂਰੀ ਪਲਕ ਵਾਲਾ ਚੈੱਕ ਕਰੋ ਜ਼ਰਾ ਪਲਕਾਂ ਦੇਖੋ ਮਾਸ਼ਾਅੱਲਾ ਹੋਰ ਭਾਈ ਜਾਨ ਕੀ ਚਾਹੀਦਾ ਦੱਸੋ ਮੈਨੂੰ ਲੋ ਮੋਰੇ ਚੈੱਕ ਕਰੋ ਇਹਨਾਂ ਨੂੰ ਮਹਿਰਾਂ ਵਾਲੇ ਤਾਂ ਪਤਾ ਨਹੀਂ ਕਿਹੜੇ ਕਿਹੜੇ ਕਰਕੇ ਅਗਲੇ ਕਹਿੰਦੇ ਜੀ 10000 ਦਾ ਬੱਚਾ ਤੇ 15000 ਦਾ ਬੱਚਾ 사કી ਨਾ ਕਰੋ ਰਾਬਤੇ ਸਰ 사કી ਨਾ ਕਰੋ ਰਾਬਤੇ ਲੁੱਟਮਾਰ ਵਾਲਾ ਮਾਲ ਮੁਲੁੱਟਮਾਰ ਵਾਲਾ ਮਾਲ ਹਾਂਜੀ ਕਦੇ ਵੀ ਨਹੀਂ ਇਹਨਾਂ ਦਾ ਦੇਣਗਾ ਜਿੰਨੇ ਤੇ ਮੈਂ ਦੇਣੇ ਤੁਹਾਨੂੰ ਇਹ ਜਨਾਬ ਬਲੀਵ ਕਰੋ ਮੈਂ ਗਲਤੀ ਕੀਤੀ ਕਿ ਇਹਨਾਂ ਤੇ ਮਾਂ ਪਿਓ ਦੀ ਵੀਡੀਓ ਨਹੀਂ ਬਣਾਈ ਨੀਲੀਆਂ ਅੱਖਾਂ ਵਾਲੇ ਟੈਡੀ ਸਰ ਨਿਆਬ ਕਬੂਤਰ ਸਾਰੇ ਜਿਹੜੇ ਲੱਭੇ ਨੇ ਸਿਰਫ ਇਹਨਾਂ ਦਾ ਤੁਸੀਂ ਇੱਕ ਵਾਰ ਧਾਗਾ ਲੈਸ ਕਰਉਣਾ ਵਾ ਤਾਂ ਫਿਰ ਇਹਨਾਂ ਦਾ ਕਮਾਲ ਦੇਖਨੇ ਮੇਰਾ ਭਾਈ ਇਹ ਟੋਟਲ 15 ਵਾ ਜੀ ਮੈਂ ਤੁਹਾਨੂੰ ਛੱਡ ਕੇ ਸ਼ੋਅ ਕਰਉਣਾ ਸਰ ਲੋ ਭਾਈ ਨਾ ਇਹ ਖਲੋਣੀ ਬੈਣੀ ਇਹਨਾਂ ਦੀ ਚੈੱਕ ਕਰ ਲਓ ਭਾਈ ਜੀ ਸਿਰਫ ਸਮਝੋ ਵੀ ਆ ਜਿਹੜੀਆਂ ਪਹਿਲੇ 3-4 ਮਾਦੀਆਂ ਦਿਖਾਈਆਂ ਨਾ ਸਿਰਫ ਇਹਨਾਂ ਦੀ ਕੀਮਤ ਦੇ ਵਿੱਚ ਮੈਂ ਤੁਹਾਨੂੰ ਬਾਕੀ ਦੇ ਦੇਣੇ ਆ ਬਾਕੀ ਸਾਰੇ ਬੱਚੇ ਠੀਕ ਆ ਪੰਜ ਜਿਹੜੀਆਂ ਮਾਦੀਆਂ ਪਹਿਲੇ ਤੁਹਾਨੂੰ ਦਿਖਾਤੀਆਂ ਨਾ ਸਮਝੋ ਵੀ ਤੁਸੀਂ ਉਹ ਪੰਜਾਂ ਦੀ ਕੀਮਤ ਦੇਣੀ ਆ ਬਾਕੀ ਬੱਚੇ ਤੁਹਾਨੂੰ ਟੋਟਲੀ ਫਰੀ ਆ ਸਰ ਇਹ ਜਿਹੜੇ ਠੀਕ ਆ ਭਾਜੀ ਅੱਖਾਂ ਤੁਹਾਨੂੰ ਮੈਂ ਦਿਖਾਤੀਆਂ ਬੱਚਿਆਂ ਦੀਆਂ ਖਲੋਣੀਆਂ ਬਹਿਣੀਆਂ ਚੈੱਕ ਕਰੋ ਸਰ ਇਹ ਦੇਖੋ ਮਾਦੀ ਆ ਜਿਹੜੀਆਂ ਪਹਿਲੇ ਤੁਹਾਨੂੰ ਦਿਖਾਈਆਂ ਮਾਸ਼ਾਅੱਲਾ ਇਹਨਾਂ ਨੂੰ ਆਂਡੇ ਜੋੜੇ ਲਾਓ ਬੱਚੇ ਕਢਾਓ ਔਰ ਇਹ ਚੈੱਕ ਕਰੋ ਬੱਚਿਆਂ ਦੀ ਖਲੋਣੀ ਬਹਿਣੀ ਚੈੱਕ ਕਰੋ ਟੋਟਲ 15 ਵਾਂ ਵੀਰ ਜੀ ਦੇਖੋ ਇਹਨਾਂ ਦੀਆਂ ਕਸਾਂ ਚੈੱਕ ਕਰੋ ਜਰਾ ਜੰਮ ਦੇ ਨਿਕੇ ਨਿਕੇ ਬੱਚੇ ਸਰ 1-1 2-2 3-3 ਪਰ ਦੇ ਬੱਚੇ ਅੱਖਾਂ ਦੇਖੋ ਮਾਸ਼ਾਅੱਲਾ ਟੋਟਲ ਟੈਡੀ ਜਾਂ ਕੋਈ ਲਾਲ ਅੱਖ ਦਾ ਨਹੀਂ ਇਹਦੇ 'ਚ ਹੈਗਾ ਇੱਕ ਦਾ ਇਹ ਮੂੰਹ ਲੱਗਦਾ ਵਾ ਲੇਕਿਨ ਇਹ ਵੀ ਟੈਡੀ ਆ ਲਾਲ ਅੱਖ ਦਾ ਹੈ ਨਹੀਂਗਾ ਇਹ ਦੇਖੋ ਪੱਠੀ ਖੜੀ ਬਾਜੀ ਤੁਹਾਨੂੰ ਦੱਸਿਆ ਸਿਰਫ ਇੱਕ ਆ ਪੱਠੀ ਪੱਠੀ ਨੰਬਰ 2 ਪੱਠੀ ਨੰਬਰ ਤੇ ਨਾ ਖੜੀ ਔਰ ਪੱਠੀ ਨੰਬਰ 4 ਉਹ ਪਿੱਛੇ ਖੜੀ ਇਹ ਚਾਰਾਂ ਪੱਠੀਆਂ ਦੀ ਸਮਝੋ ਵੀ ਕੀਮਤ ਤੁਸੀਂ ਦੇਣੀ ਬਾਕੀ ਸਾਰੇ ਤੁਹਾਨੂੰ ਇਹ ਨੀਲੀ ਅੱਖ ਦੀ ਇਕੱਲੀ ਪੱਠੀ ਦੀ ਕੀਮਤ ਹੈ ਇਹ ਜਿਹੜੀ ਨੀਲੀ ਅੱਖ ਦੀ ਅੱਖਾਂ ਚੈੱਕ ਕਰੋ ਜ਼ਰਾ ਇਹ ਟੈਡੀ ਬਾਜੀ ਇਹ ਇਹ ਚੈੱਕ ਕਰੋ ਅੱਖਾਂ ਦੀਆਂ ਚਿੱਟੀਆਂ ਦੁੱਧ ਵਰਗੀਆਂ ਅੱਖਾਂ ਸਾਰੇ ਬੱਚਿਆਂ ਦੀਆਂ ਮਾਸ਼ਾਅੱਲ ਆ ਦੇਖ ਲਓ ਚਮਕਣ ਦੀ ਐਨੀ ਦੂਰੋ ਐ ਦੇਖ ਲਓ ਠੀਕ ਹੈ ਭਾਜੀ ਐ ਸਰ ਪੱਟੀਆਂ ਪੱਠੇ ਆ ਜੀ ਇਹ ਟੋਟਲ ਹੈਗੇ ਆ ਜੀ 15 ਔਰ 15 ਦੀ ਕੀਮਤ ਵੀ ਮੈਂ ਵੀਡੀਓ ਜੀ ਦੱਸ ਦਾਂ ਦੋਸਤ ਕਹਿੰਦੇ ਤੂੰ ਦੱਸ ਦੇਣੀਆਂ 20000 ਰੁਪਏ ਦੇ ਆ 15 ਪੱਟੀਆਂ ਪੱਠੇ ਅਗਰ ਕਿਸੇ ਦੀ ਸਮਝ ਆਉਣ 036708508 ਤੇ ਮੇਰਾ رابطہ ਕਰ ਲੈ ਨਾ ਸਮਝ ਚਾਉਣ ਤੇ ਵੀਰੇ ਕੋਈ ਗੱਲ ਨਹੀਂ ਨੈਕਸਟ ਟਾਈਮ ਸਹੀ ਇਨਸ਼ਾਅੱਲਾ ਦਵਾਵਾਂ ਜੀ ਯਾਦ ਰੱਖਿਓ ਪਿਜਨ ਕਾਨੇ ਚੈਨ ਸਬਸਕ੍ਰਾਈਬ ਕਰੋ ਅੱਲਾਹ ਵੇਜ਼ੀ